मैं मनजीत कौर स्वागत कर दिया ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਅਰਬੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਸਬਜ਼ੀ ਜਿਹੜੀ ਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ। ਅਰਬੀ ਦੀ ਸਬਜ਼ੀ ਨੂੰ ਅਸੀਂ ਕਈ ਤਰੀਕੇ ਦੇ ਨਾਲ ਬਣਾ ਸਕਦੇ ਆ। ਤਰੀ ਵਾਲੀ ਅਰਬੀ ਵੀ ਬਣਾਉਂਦੇ ਆ, ਸੁੱਕੀ ਵੀ ਬਣਾਉਂਦੇ ਆ ਅਸੀਂ, ਮਤਲਬ ਬੇਸਣ ਪਾ ਕੇ ਵੀ ਅਰਬੀ ਬਣਾ ਲੈਂਦੇ ਆ। ਜਿਹੜਾ ਵੀ ਆਪਾਂ ਥੋੜਾ ਜਿਹਾ ਵੀ ਇਹਦਾ ਤਰੀਕਾ ਬਦਲਦੇ ਆ, ਉਹ ਹਰ ਤਰੀਕੇ ਦੇ ਵਿੱਚ ਜਿਹੜੀ ਸਬਜ਼ੀ ਦਾ ਜਿਹੜਾ ਸਵਾਦ ਆ ਅਲੱਗ ਹੋ ਜਾਂਦਾ ਤੇ ਅਲੱਗ ਤਰੀਕੇ ਦੇ ਨਾਲ ਬਣਦੀ ਆ। ਅੱਜ ਵਾਲੀ ਜਿਹੜੀ ਸਬਜ਼ੀ ਆਪਾਂ ਬਣਾਉਣੀ ਹੈ ਇਹ ਵੀ ਬਹੁਤ ਵਧੀਆ ਬਣੂਗੀ। ਇਹਨੂੰ ਤੁਸੀਂ ਰੋਟੀ ਦੇ ਨਾਲ, ਪਰੌਂਠੇ ਦੇ ਨਾਲ, ਨਾਨ ਦੇ ਨਾਲ ਬਣਾ ਕੇ ਸਰਵ ਕਰ ਸਕਦੇ ਹੋ। ਇਹਦੇ ਲਈ ਅਸੀਂ ਅਰਬੀ ਜਿਹੜੀ ਆ 750-800 ਗ੍ਰਾਮ ਦੇ ਕਰੀਬ ਅਰਬੀ ਲਈ ਆ। ਜੇ ਆਪਾਂ ਗ੍ਰਾਮ ਦੇ ਵਿੱਚ ਦੇਖੀਏ, ਅਰਬੀ ਲੈਣ ਲੱਗੇ ਤੁਸੀਂ ਇਹਦਾ ਛੋਟੀ ਛੋਟੀ ਅਰਬੀ ਲੈਣੀ ਆ, ਜ਼ਿਆਦਾ ਮੋਟੀ ਅਰਬੀ ਨਹੀਂ ਲੈਣੀ। ਇਹ ਅਰਬੀ ਨੂੰ ਅਸੀਂ ਉਬਾਲ ਕੇ ਤਿਆਰ ਕਰਨਾ ਆ। ਇਹਦੇ ਵਾਸਤੇ ਆਪਾਂ ਲਵਾਂਗੇ ਕੁੱਕਰ। ਕੁੱਕਰ ਦੇ ਵਿੱਚ ਅਸੀਂ ਜਿਹੜੀ ਅਰਬੀ ਪਾ ਲੈਣੀ ਆ। ਅਰਬੀ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਉਣਾ ਪਾਣੀ ਪਾਣੀ ਇੰਨਾ ਪਾਉਣਾ ਹੈ ਕਿ ਅਰਬੀ ਜਿਹੜੀ ਆ ਸਾਡੀ ਡੁੱਬ ਜਾਵੇ, ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ। ਹੁਣ ਅਸੀਂ ਕੁੱਕਰ ਦਾ ਢੱਕਣ ਬੰਦ ਕਰ ਦਾਂ ਅਤੇ ਇੱਕ ਸੀਟੀ ਅਸੀਂ ਇਹਦੀ ਲਵਾ ਲੈਣੀ ਆ। ਇੱਕ ਸੀਟੀ ਆਉਣ ਤੋਂ ਬਾਅਦ ਇਹਦਾ ਜਿਹੜਾ ਪ੍ਰੈਸ਼ਰ ਆ ਆਪਣੇ ਆਪ ਨਿਕਲਣ ਦੇਵਾਂਗੇ। ਜਦੋਂ ਪ੍ਰੈਸ਼ਰ ਨਿਕਲ ਜੂਗਾ ਫਿਰ ਅਸੀਂ ਢੱਕਣ ਜਿਹੜਾ ਦਾ ਖੋਲ੍ਹਾਂਗੇ। ਇੱਕ ਸੀਟੀ ਆ ਗਈ ਆ, ਗੈਸ ਆਪਾਂ ਬੰਦ ਕਰ ਦੇਣੀ ਆ। ਅਰਬੀ ਦੇਖੋ ਜਿਹੜੀ ਆ ਸਾਡੀ ਹੋ ਗਈ ਆ ਤਿਆਰ। ਇਹਨੂੰ ਆਪਾਂ ਡੋਲ ਵਿੱਚ ਕੱਢ ਲਾਂਗੇ, ਥੋੜ੍ਹਾ ਜਿਹਾ ਇਹਨੂੰ ਠੰਡਾ ਕਰਾਂਗੇ, ਠੰਡਾ ਕਰਕੇ ਫਿਰ ਇਹਨੂੰ ਛਿੱਲ ਲਾਂਗੇ। ਅਰਬੀ ਜਿਹੜੀ ਸਾਡੀ ਛਿੱਲ ਕੇ ਤਿਆਰ ਆ। ਹੁਣ ਅਸੀਂ ਇਹਦੇ ਵਿੱਚ ਪਾਉਣਾ ਆ ਅੱਧੀ ਕੁ ਕੌਲੀ ਆਪਾਂ ਪਾਣੀ ਆ ਦਹੀਂ ਦੀ। ਦਹੀਂ ਦੇਖੋ ਜਿਹੜਾ ਆ ਇਹ ਖੱਟਾ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਆ, ਅਤੇ ਦਹੀਂ ਨੂੰ ਚੰਗੀ ਤਰ੍ਹਾਂ ਇੱਦਾਂ ਫੈਂਟ ਲੈਣਾ। ਤੁਸੀਂ ਕਿਸੇ ਵੀ ਸਬਜ਼ੀ ਦੇ ਵਿੱਚ ਤੁਸੀਂ ਦਹੀਂ ਇਸਤੇਮਾਲ ਕਰਦੇ ਹੋ ਤਾਂ ਦਹੀਂ ਹਮੇਸ਼ਾ ਇਹੀ ਲੈਣਾ ਆ ਕਿ ਦਹੀਂ ਖੱਟਾ ਨਾ ਹੋਵੇ, ਕਿਉਂਕਿ ਜ਼ਿਆਦਾ ਖੱਟਾ ਦਹੀਂ ਹੋਊਗਾ ਤਾਂ ਸਬਜ਼ੀ ਦਾ ਜਿਹੜਾ ਸਵਾਦ ਆ ਥੋੜ੍ਹਾ ਜਿਹਾ ਅਲੱਗ ਹੋ ਜਾਂਦਾ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਲਾਲ ਮਿਰਚ ਦਾ, ਅੱਧਾ ਚਮਚਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ, ਅੱਧਾ ਚਮਚਾ ਪਾਵਾਂਗੇ ਹਲਦੀ ਦਾ, ਅੱਧਾ ਚਮਚਾ ਧਨੀਆ ਪਾਊਡਰ ਅਤੇ ਅੱਧਾ ਚਮਚਾ ਹੀ ਗਰਮ ਮਸਾਲੇ ਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਅਸੀਂ ਚੰਗੀ ਤਰ੍ਹਾਂ ਮਿਲਾ ਲੈਣੀਆਂ ਆ। ਮਿਲਾਉਣ ਤੋਂ ਬਾਅਦ ਅਰਬੀ ਨੂੰ ਅਸੀਂ ਸਾਈਡ 'ਤੇ ਰੱਖ ਦੇਣਾ ਆ ਢੱਕ ਕੇ। ਇਹਨੂੰ 10-15 ਮਿੰਟ ਤੱਕ ਅਸੀਂ ਇੱਦਾਂ ਹੀ ਪਏ ਰਹਿਣ ਦੇਣਾ ਆ। ਹੁਣ ਦੋ ਲਏ ਆਪਾਂ ਵੱਡੇ ਸਾਈਜ਼ ਦੇ ਪਿਆਜ਼। ਪਿਆਜ਼ ਜਿਹੜੇ ਆ ਅਸੀਂ ਕੱਦੂਕਸ ਕਰ ਲੈਣੇ ਆ। ਕੱਦੂਕਸ ਜਿਹੜੇ ਆ ਮੋਟੇ ਸਾਈਡ ਤੋਂ ਕਰਨੇ ਆ, ਚਾਹੇ ਤੁਸੀਂ ਇਹਨਾਂ ਨੂੰ ਬਰੀਕ ਕੱਟ ਲਓ ਅਤੇ ਚਾਹੇ ਤੁਸੀਂ ਇਹਨਾਂ ਨੂੰ ਕੱਦੂਕਸ ਕਰ ਲਓ। ਪਿਆਜ਼ ਦੇਖੋ ਜਿਹੜਾ ਕੱਦੂਕਸ ਹੋ ਗਿਆ, ਇੱਦਾਂ ਮੋਟਾ ਹੀ ਪਿਆਜ਼ ਤੁਸੀਂ ਕੱਦੂਕਸ ਕਰਨਾ ਆ, ਕਿਉਂਕਿ ਫਿਰ ਜਿਹੜੀ ਸਬਜ਼ੀ ਦਾ ਇਹ ਵਧੀਆ ਬਣਨੀ ਆ। ਇਹਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਨਹੀਂ ਪਿਆਜ਼ ਨੂੰ ਪੀਸਣਾ। ਹੁਣ ਆਪਾਂ ਤੜਕਾ ਲਾ ਕੇ ਤਿਆਰ ਕਰਦੇ ਹਾਂ। ਹੁਣ ਲਵਾਂਗੇ ਆਪਾਂ ਇੱਕ ਫਰਾਈ ਪੈਨ, ਇਹਦੇ ਵਿੱਚ ਪਾ ਦਾਂਗੇ ਸਰ੍ਹੋਂ ਦਾ ਤੇਲ। ਸਰ੍ਹੋਂ ਦਾ ਤੇਲ ਜਿਹੜਾ 2 ਵੱਡੇ ਚਮਚੇ ਆਪਾਂ ਲਏ, ਇਹਨੂੰ ਥੋੜ੍ਹਾ ਜਿਹਾ ਗਰਮ ਕਰ ਲੈਣਾ ਆ। ਤੇਲ ਗਰਮ ਹੋ ਗਿਆ, 1/4 ਹਿੱਸਾ ਚਮਚੇ ਦਾ ਪਾਵਾਂਗੇ ਇਹਦੇ ਵਿੱਚ ਹਿੰਗ ਅਤੇ ਅੱਧਾ ਛੋਟਾ ਚਮਚਾ ਪਾਵਾਂਗੇ ਅਜਵਾਇਣ। ਅਰਬੀ ਦੇ ਵਿੱਚ ਦੇਖੋ ਅਜਵਾਇਣ ਜਿਹੜੀ ਹੈ ਜ਼ਰੂਰ ਪਾਇਆ ਕਰੋ, ਇੱਕ ਤਾਂ ਹਾਜ਼ਮੇ ਵਾਸਤੇ ਵੀ ਠੀਕ ਹੁੰਦੀ ਹੈ
ਤੇ ਅਜਵਾਇਣ ਪਾਉਣ ਦੇ ਨਾਲ ਅਰਬੀ ਦੀ ਸਬਜ਼ੀ ਦਾ ਜਿਹੜਾ ਸਵਾਦ ਆ ਉਹ ਵੀ ਬਹੁਤ ਵਧੀਆ ਆਉਂਦਾ ਹੈ। ਥੋੜ੍ਹਾ ਜਿਹਾ ਆਪਾਂ ਇਹਨੂੰ ਭੁੰਨ ਲਾਂਗੇ। ਜਵੈਣ ਤੇ ਹਿੰਗ ਜਿਹੜੀ ਭੁੰਨੀ ਗਈ, ਕੱਦੂਕਸ ਕੀਤਾ ਹੋਇਆ ਪਿਆਜ਼ ਪਾ ਦੇਣਾ ਆ। मीडियम फ्लेम के उत्ते प्याज जिहड़ा है असीं 3-4 मिनट तक भुन लेना है। जदों प्याज 2 मिनट तक भुनिया जाए, देखो इहदा थोड़ा जिहा रंग जिहदा बदल गया, फिर आपां इहदे विच पाउणा 1 चमचा बेसन। बेसन जिहड़ा है फिर नाल ही इहदे भुन हो जाऊगा प्याज दे। प्याज देखो जिहड़ा साडा भुन हो गया, गैस जिहड़ी आ हुण आपां बिलकुल घट कर देनी आ। ते इहदे विच हुण असीं बाकी दे मसाले मिलाने आ। देखो थोड़े मसाले आपां उहदे च पाए सी, बाकी इहदे च पावांगे। एक छोटा चमचा जिहड़ा आ पावांगे कश्मीरी लाल मिर्च पाउडर, अद्धा चमचा धनिया पाउडर, अद्धा चमचा ही गर्म मसाले का, अद्धा चमचा हल्दी का। हल्दी जिहड़ी आपां उहदे च वी पाई सी, थोड़ा जिहा असीं इहदे विच पा देणा आ पाणी। मसाले नूं एकदम जिहड़ा मीडियम सेक दे उत्ते भुनना है। मसाला देखो जिहड़ा आ तेल छड्डना शुरू कर दिता मसाले ने। मसाला देखो जिहड़ा साडा भुनिया गया, हुण असीं इहदे विच अरबी आ उह पा देणी आ। अरबी पा के अद्धा असीं इहदे विच धनिया पा देना है। थोड़ा जिहा धनिया रखांगे जिहड़ा खीर दे उत्ते पावांगे आपां। 2 लईयां हरियां मिर्चां, हरियां मिर्चां ही पा देंगे। सेक दे उत्ते हुण असीं इहनूं इदां ही भुन्नणा आ मसाले दे विच 3-4 मिनट तक, ताकि मसाला जिहड़ा आ चंगी तरह अरबी दे विच जिहड़ा रचे, ते सेक जिहड़ा आ घट रखणा आ। अरबी देखो जिहड़ी आपां मसाले च भुन ली आ, हुण असीं डोंगे दे विच जिहदे च अरबी रखी सी थोड़ा जिहा पाणी पा के विच पा दित्ता आ। ते इहदे विच पावांगे असीं 1.25 गलास पाणी दा होर। ਇਹਨੂੰ ਬਣਾ ਲਾਂ ਇੱਕ ਵਾਰੀ। ਥੋੜ੍ਹਾ ਜਿਹਾ ਪਾਣੀ ਹੋਰ ਪਾਵਾਂਗੇ। 1 ਗਲਾਸ ਜਿਹੜਾ ਆਪਾਂ ਪਾਣੀ ਦਾ ਇਹਦੇ ਵਿੱਚ ਪਾਇਆ ਹੈ, ਹੁਣ ਇਹਨੂੰ ਮੀਡੀਅਮ ਸੇਕ ਦੇ ਉੱਤੇ 10-12 ਮਿੰਟ ਤੱਕ ਅਸੀਂ ਪੱਕਣ ਦੇਣਾ ਹੈ। ਸੇਕ ਜਿਹੜਾ ਆ ਬਹੁਤ ਜ਼ਿਆਦਾ ਤੇਜ਼ ਨਹੀਂ ਕਰਨਾ, ਅਤੇ ਉੱਪਰੋਂ ਦੀ ਆਪਾਂ ਇਹਨੂੰ ਢੱਕ ਦਾਂਗੇ। 10 ਮਿੰਟ ਹੋ ਗਿਆ ਸਬਜ਼ੀ ਨੂੰ ਪੱਕਦੇ ਨੂੰ, ਅਤੇ ਸਬਜ਼ੀ ਦੇਖੋ ਜਿਹੜੀ ਆ ਸਾਡੀ ਬਣ ਕੇ ਤਿਆਰ ਆ। ਬਾਕੀ ਸਬਜ਼ੀ ਨੂੰ ਵਿੱਚੋਂ ਵਿੱਚੋਂ ਹਿਲਾਉਂਦੇ ਰਹਿਣਾ ਆ ਤੁਸੀਂ 2-2-3-3 ਮਿੰਟ ਬਾਅਦ। ਅਰਬੀ ਵੀ ਦੇਖੋ ਜਿਹੜੀ ਆ ਸਾਡੀ ਚੰਗੀ ਤਰ੍ਹਾਂ ਪੱਕ ਗਈ ਆ। ਹੁਣ ਅਸੀਂ ਇਹਦੇ ਵਿੱਚ ਸਵਾਦ ਦੇ ਹਿਸਾਬ ਨਾਲ ਲੂਣ ਪਾ ਦੇਣਾ ਆ। ਮੈਂ 1 ਛੋਟਾ ਚਮਚਾ ਜਿਹੜਾ ਲੂਣ ਦਾ ਪਾਇਆ ਹੈ, ਬਾਕੀ ਲੂਣ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣਾ ਹੈ। ਹਿਲਾ ਦਾਂਗੇ ਇਹਨੂੰ ਇੱਕ ਵਾਰੀ। ਮਿਲਾ ਕੇ ਇਹਨੂੰ 3-4 ਮਿੰਟ ਲਈ ਹਲੇ ਹੋਰ ਪੱਕਣ ਦੇਵਾਂਗੇ। ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਆ। ਤੇਲ ਦੇਖੋ ਜਿਹੜਾ ਆ ਸਬਜ਼ੀ ਦੇ ਉੱਪਰ ਆਉਣਾ ਸ਼ੁਰੂ ਹੋ ਗਿਆ। ਗੈਸ ਆਪਾਂ ਬੰਦ ਕਰ ਦੇਣੀ ਹੈ। ਇਹਦੇ 'ਤੇ ਹੁਣ ਪਾ ਦਾਂਗੇ ਥੋੜ੍ਹਾ ਜਿਹਾ ਹਰਾ ਧਨੀਆ। ਹਰਾ ਧਨੀਆ ਪਾ ਕੇ
इन्हें 2-3 मिनट तक असी ऐसे ढक के रख देना है, उस तो बाद आपां इन्हें सर्व कर देना। सब्जी नूं हुण आपां किसी भी भांडे दे विच डोंगे च जां कढ़ाई च कट लेना है। अरबी की सब्जी साड़ी बन के तैयार आ, बहुत ही ज़्यादा वधिया बन के सब्जी तैयार हुई है। तुसी इहनू इसे तरीके दे नाल बनायो। वीडियो पसंद आई वीडियो नू लाइक ते शेयर जरूर करियो। चैनल ते पहली बारी आके वीडियो देखते पे हो तो चैनल नू सबसक्राइब जरूर करके जायो ते नाल ही घंटी का बटन जरूर दबा दियो अगली वीडियो की नोटिफिकेशन देखने के लिए। वीडियो देखने का बहुत बहुत धन्यवाद।